ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹੁਣ ਸੱਚ ਹੋਣ ਲੱਗੇ ਨੇ, ਕਿਉਂਕਿ ਦਸ਼ਮੇਸ਼ ਪਿਤਾ ਨੇ ਲਿਖਤ ਬਚਨ ਕੀਤੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਹ ਕੁਝ ਹੋਵੇਗਾ ਅਤੇ ਉਸੇ ਤਰੀਕੇ ਦਾ ਹੀ ਸਭ ਕੁਝ ਜਿਹੜਾ ਦੁਨੀਆ ਦੇ ਵਿੱਚ ਹੋਣ ਜਾ ਰਿਹਾ। ਪਹਿਲਾਂ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ, ਕਿਉਂਕਿ ਇਸ ਵੇਲੇ ਜੋ ਹਾਲਾਤ ਦੁਨੀਆ ਦੇ ਬਣੇ ਹੋਏ ਨੇ, ਦੁਨੀਆ ਭਰ ਦੇ ਵਿੱਚ ਜੋ ਇਸ ਵੇਲੇ ਖਤਰਾ ਮੰਡਰਾ ਰਿਹਾ, ਉਸ ਖਤਰੇ ਦੇ ਨਾਲ ਸਿਰਫ ਪਰਮਾਤਮਾ ਹੀ ਜਿਹੜਾ ਹੈਗਾ ਤੁਹਾਨੂੰ ਬਚਾ ਸਕਦਾ ਉਸ ਖਤਰੇ ਤੋਂ। ਇਸ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਪੂਰੀ ਵੀਡੀਓ ਤੱਕ ਬਣੇ ਰਹੋ, ਕਿਉਂਕਿ ਤੁਹਾਨੂੰ ਅਸੀਂ ਦਸ਼ਮੇਸ਼ ਪਿਤਾ ਦੇ ਕੁਝ ਲਿਖਤ ਜਿਹੜੇ ਬਚਨ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੱਲੋਂ ਬਹੁਤ ਵੱਡੀ ਇੱਕ ਭਵਿੱਖਬਾਣੀ ਕੀਤੀ ਸੀ ਅਤੇ ਕਿਤੇ ਨਾ ਕਿਤੇ ਭਵਿੱਖਬਾਣੀ ਜਿਹੜੀ ਹੈ ਹੁਣ ਸੱਚ ਹੁੰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਦਸਮ ਪਿਤਾ ਦੇ ਵੱਲੋਂ ਬਹੁਤ ਸਾਰੇ ਵਚਨ ਕੀਤੇ ਗਏ ਸੀ ਅਤੇ ਉਹਨਾਂ ਵਚਨਾਂ ਦੇ ਵਿੱਚੋਂ ਹੁਣ ਕੁਝ ਵਚਨ ਜਿਹੜੇ ਨੇ ਸੱਚ ਹੁੰਦੇ ਨਜ਼ਰ ਆ ਰਹੇ ਨੇ। ਦਸਮ ਪਿਤਾ ਲਿਖਦੇ ਨੇ ਕਿ 2023 ਅਤੇ 24 ਦੇ ਵਿੱਚ ਆਹ ਕੰਮ ਹੋਣਗੇ, ਦੁਨੀਆ ਦਾ ਨਾਸ਼ ਹੋ ਜਾਏਗਾ, ਆਹ ਲੋਕ ਜਿਹੜੇ ਨੇ ਦੁਨੀਆ ਤੋਂ ਚਲੇ ਜਾਣਗੇ। ਹਾਲਾਂਕਿ ਖਤਰਾ ਤਾਂ ਸਭ ਵਾਸਤੇ ਹੈ, ਪਰ ਜਿਨ੍ਹਾਂ ਲੋਕਾਂ ਨੇ ਮਾੜੇ ਕੰਮ ਕੀਤੇ ਨੇ, ਜਿਨ੍ਹਾਂ ਨੇ ਕਦੇ ਪਰਮਾਤਮਾ ਦਾ ਨਾਮ ਨਹੀਂ ਧਿਆਇਆ, ਉਹ ਲੋਕਾਂ ਦਾ ਦੁਨੀਆ ਤੋਂ ਜਾਣਾ ਜਿਹੜਾ ਹੈਗਾ ਇਸ ਬਚਨਾਂ ਦੇ ਵਿੱਚ ਪੱਕੇ ਤੌਰ ਦੇ ਉੱਤੇ ਕੀ ਆ ਗਿਆ ਕਿ ਜਿਹੜੇ ਲੋਕ ਗੁਰੂ ਦੀ ਬਾਣੀ ਨਹੀਂ ਕਰਦੇ, ਜਿਹੜੇ ਲੋਕ ਪਰਮਾਤਮਾ ਦਾ ਨਾਮ ਨਹੀਂ ਧਿਆਉਂਦੇ, ਉਹ ਲੋਕ 2023 ਅਤੇ 24 ਦੇ ਵਿੱਚ ਤਬਾਹੀ ਦੇ ਦੌਰਾਨ ਉਹਨਾਂ ਲੋਕਾਂ ਦੀ ਮੌਤ ਹੋ ਸਕਦੀ ਹੈ ਅਤੇ ਸਿਰਫ ਚੰਗੇ ਲੋਕ ਹੀ ਦੁਨੀਆ ਦੇ ਵਿੱਚ ਰਹਿਣਗੇ। ਇਹ ਬਚਨ ਜੋ ਨੇ ਦਸ਼ਮੇਸ਼ ਪਿਤਾ ਦੇ ਲਿਖਤ ਬਚਨ ਨੇ, ਜਿਨ੍ਹਾਂ ਦੇ ਵੱਲੋਂ ਲਿਖੇ ਗਏ ਨੇ, ਅਤੇ ਇਹ ਵੀ ਕਹਿ ਕੇ ਕਿ 2023 ਅਤੇ 24 ਦੇ ਵਿੱਚ ਇਹ ਕੰਮ ਹੋਣਗੇ, ਪੂਰੀ ਦੁਨੀਆ ਦਾ ਨਾਸ਼ ਹੋ ਜਾਏਗਾ, ਤਬਾਹੀ ਮੱਚ ਜਾਏਗੀ, ਸਿਰਫ ਗੁਰੂ ਦਾ ਜਾਪ ਕਰਨ ਵਾਲੇ ਲੋਕ ਹੀ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਬਚਣਗੇ। ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਅਸੀਂ ਜਦੋਂ ਵੀ ਕੋਈ ਅਸੀਂ ਚਾਹੇ ਅਸੀਂ ਸਿੱਖ ਪਰਿਵਾਰ ਤੋਂ ਚਾਹੇ ਬਿਲੋਂਗ ਕਰਦੇ ਹਾਂ, ਅਸੀਂ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਹਾਂ, ਪਰ ਅਸੀਂ ਕਦੇ ਵੀ ਕੋਈ ਵੀ ਕੰਮ ਅਸੀਂ ਅਰਦਾਸ ਕਰਕੇ ਨਹੀਂ ਕਰਦੇ। ਤੁਸੀਂ ਦੇਖਿਆ ਹੋਏਗਾ ਸੰਗਤ ਜੀ ਕਿ ਅਸੀਂ ਹਮੇਸ਼ਾ ਹੀ ਕੋਈ ਵੀ ਕੰਮ ਹੁੰਦਾ ਉੱਦਾਂ ਹੀ ਅਸੀਂ ਮੱਥਾ ਟੇਕ ਲੈਂਦੇ ਹਾਂ, ਪਰ ਅਸੀਂ ਕਦੇ ਵੀ ਅਰਦਾਸ ਕਰਕੇ ਜਿਹੜਾ ਆਪਣਾ ਕੰਮ ਨੇਪਰੇ ਨਹੀਂ ਚਾੜਦੇ। ਗੁਰੂ ਸਾਹਿਬ ਲਿਖਦੇ ਨੇ ਕਿ ਜਿਹੜੇ ਲੋਕ ਅਰਦਾਸ ਕਰਕੇ ਕੰਮ ਨੇਪਰੇ ਨਹੀਂ ਚਾੜਦੇ ਉਹ ਲੋਕ ਮੈਨੂੰ ਪਸੰਦ ਨਹੀਂ, ਭਾਵ ਮੈਂ ਉਹਨਾਂ ਲੋਕਾਂ ਵੱਲ ਜਿਹੜਾ ਧਿਆਨ ਨਹੀਂ ਦੇ ਸਕਦਾ। ਗੁਰੂ ਸਾਹਿਬ ਦੇ ਬਚਨ ਨੇ ਕਿ ਜਿਹੜੇ ਲੋਕ ਅਰਦਾਸ ਨਹੀਂ ਕਰਦੇ ਮੈਨੂੰ ਉਹ ਲੋਕ ਨਹੀਂ ਪਸੰਦ, ਮੈਨੂੰ ਉਹ ਲੋਕ ਪਸੰਦ ਨਹੀਂ ਹੈ। ਇਹ ਵਚਨ ਜੋ ਹੈ ਗੁਰੂ ਸਾਹਿਬ ਦੇ ਵੱਲੋਂ ਕੀਤਾ ਗਿਆ। ਉੱਥੇ ਹੀ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਬਾਣੀ ਦੀਆਂ ਤੁਕਾਂ ਦੇ ਵਿੱਚ, ਗੁਰਬਾਣੀ ਦੀਆਂ ਤੁਕਾਂ ਦੇ ਵਿੱਚ, ਪਾਠ ਦੀਆਂ ਤੁਕਾਂ ਦੇ ਵਿੱਚ, ਜਾਂ ਫਿਰ ਪੌੜੀਆਂ ਦੇ ਵਿੱਚ ਕਈ ਵਾਰ ਬਹੁਤ ਅਜੀਬੋ ਗਰੀਬ ਸ਼ਬਦ ਲਿਖੇ ਜਾਂਦੇ ਨੇ। ਜੇਕਰ ਗੱਲ ਕੀਤੀ ਜਾਵੇ ਅੱਜ ਦੇ ਸਮੇਂ ਦੀ, ਤਾਂ ਅੱਜ ਅਸੀਂ ਹਰ ਕੋਈ ਜਿਹੜਾ ਮੋਬਾਈਲ ਫੋਨ ਯੂਜ਼ ਕਰਦੇ ਹਾਂ, ਸਾਰੇ ਅਸੀਂ ਮੋਬਾਈਲ ਦਾ ਇਸਤੇਮਾਲ ਕਰਦੇ ਹਾਂ, ਤਾਂ ਅਸੀਂ ਗੱਡੀ ਦੇ ਵਿੱਚ ਜਾਂਦੇ ਹੋ, ਰਸਤੇ ਦੇ ਵਿੱਚ ਜਾਂਦੇ ਹੋ, ਜੇਕਰ ਪਾਠ ਕਰਨਾ ਹੁੰਦਾ ਤਾਂ ਅਸੀਂ ਆਪਣੇ ਮੋਬਾਈਲ ਦੇ ਵਿੱਚੋਂ ਕਰਦੇ ਹਾਂ। ਤੁਸੀਂ ਕਦੇ ਵੀ ਇੱਕ ਪਾਸੇ ਗੁਟਕਾ ਸਾਹਿਬ ਦੇ ਵਿੱਚੋਂ ਪਾਠ ਕਰੋ ਅਤੇ ਨਾਲ ਹੀ ਦੂਜੇ ਪਾਸੇ ਮੋਬਾਈਲ ਫੋਨ ਰੱਖ ਲਵੋ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਮੋਬਾਈਲ ਫੋਨ ਵਾਲੀਆਂ ਤੁਕਾਂ ਦੇ ਵਿੱਚ ਕਿੰਨੀਆਂ ਜ਼ਿਆਦਾ ਗਲਤੀਆਂ। ਹਾਲਾਂਕਿ ਜੋ ਤੁਕਾਂ ਨੇ ਉਹ ਗੁਟਕਾ ਸਾਹਿਬ ਦੇ ਵਿੱਚ ਵੀ ਬਦਲੀਆਂ ਗਈਆਂ ਨੇਗੀਆਂ, ਜੋ ਕਈ ਤਰ੍ਹਾਂ ਦੇ ਸ਼ਬਦ ਕਹਿ ਲਓ ਜਿਹੜੇ ਤੁਕਾਂ ਨੇ ਜਾਂ ਸ਼ਬਦ ਨੇ, ਰਿਪੀਟ, ਤੁਸੀਂ ਦੇਖਿਆ ਹੋਏਗਾ ਕਿ ਜੋ ਤੁਕਾਂ ਅਤੇ ਸ਼ਬਦ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ, ਉਹ ਕੁਝ ਹੋਰ ਹੀ ਮੀਨਿੰਗ ਜਿਹੜੇ ਨੇ ਇਹਨਾਂ ਤੁਕਾਂ ਦੇ ਬਣੇ ਹੁੰਦੇ ਨੇ। ਗੁਰੂ ਸਾਹਿਬ ਦੇ ਵੱਲੋਂ ਇਹ ਸਾਰੇ ਹੀ ਬਚਨ ਕੀਤੇ ਗਏ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਤਬਾਹੀ ਮੱਚ ਜਾਏਗੀ, ਦੁਨੀਆ ਦਾ ਨਾਸ਼ ਹੋ ਜਾਏਗਾ। ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ ਤਾਂ ਉਸ ਵਿੱਚ ਇੱਕ ਲਾਈਨ ਆਉਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਭਾਵ ਨਾਨਕ ਦੇ ਨਾਮ ਦੇ ਵਿੱਚ ਹੀ ਸਰਬੱਤ ਦਾ ਭਲਾ, ਸਾਰੀ ਦੁਨੀਆ ਦਾ ਭਲਾ ਨਾਨਕ ਦੇ ਨਾਮ ਦੇ ਵਿੱਚ ਹੈ। ਜੇਕਰ ਤੁਸੀਂ ਪਰਮਾਤਮਾ ਦਾ ਨਾਮ ਧਿਆਨ ਦਿਓ ਤਾਂ ਤੁਹਾਡਾ ਵੀ ਭਲਾ ਹੋਏਗਾ ਅਤੇ ਤੁਹਾਡੇ ਪਰਿਵਾਰ ਦਾ ਵੀ ਜਿਹੜਾ ਭਲਾ ਹੋਵੇਗਾ। ਤਾਂ ਇਸ ਵੇਲੇ ਦੁਨੀਆ ਦੇ ਵਿੱਚ ਹਾਲਾਤ ਕੀ ਬਣੇ ਹੋਏ ਨੇ, ਇਸ ਤੋਂ ਤਾਂ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਜਾਣੂ ਹੋ ਸੰਗਤ ਜੀ, ਕਿਉਂਕਿ ਇਹ ਉਹ ਹਾਲਾਤ ਨੇ ਜਿਸ ਦੇ ਗੁਰੂ ਸਾਹਿਬ ਦੇ ਵੱਲੋਂ
ਵਚਨ ਕੀਤੇ ਗਏ ਸੀ ਕਿ 2023 ਅਤੇ 24 ਦੇ ਵਿੱਚ ਆਹ ਕੰਮ ਹੋਣਗੇ। ਉਸੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਹਿਮਾਚਲ ਦੇ ਵਿੱਚ, ਦੁਨੀਆ ਭਰ ਦੇ ਵਿੱਚ ਬਹੁਤ ਤੇਜ਼ ਮੀਂਹ ਹੈ, ਜਿਹੜਾ ਹਨੇਰੀ ਹੈ ਲਗਾਤਾਰ ਜਾਰੀ ਹੈ, ਜਿਸ ਤੋਂ ਬਾਅਦ ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਲੋਕ ਡੁੱਬ ਰਹੇ ਨੇ, ਪਹਾੜ ਖਿਸਕ ਰਹੇ ਨੇ, ਅਤੇ ਜਿਹੜੀਆਂ ਲੋਕਾਂ ਦੀਆਂ ਕੀਮਤੀ ਜਾਨਾਂ ਨੇ ਉਹ ਲਗਾਤਾਰ ਹੀ ਜਾ ਰਹੀਆਂ ਨੇ। ਲੋਕਾਂ ਦੀ ਮੌਤ ਹੋ ਰਹੀ ਹੈ ਕਿਉਂਕਿ ਹੜ੍ਹਾਂ ਦੇ ਵਿੱਚ ਲੋਕਾਂ ਦੇ ਘਰ ਵੀ ਪੈ ਰਹੇ ਨੇ, ਲੋਕ ਖੁਦ ਵੀ ਚੜ੍ਹੇ ਨੇ ਨਾ ਹੜ੍ਹਾਂ ਦੇ ਵਿੱਚ ਵਹਿ ਰਹੇ ਨੇ। ਅਤੇ ਇੱਥੇ ਪਾਪੀ ਲੋਕ ਹੀ ਮੰਨੇ ਜਾ ਰਹੇ ਨੇ ਕਿ ਜਿਹੜੇ ਪਾਪੀ ਲੋਕ ਨੇ ਸਿਰਫ ਉਹੀ ਇਹਨਾਂ ਹੜ੍ਹਾਂ ਦੇ ਵਿੱਚ ਵਹਿ ਰਹੇ ਨੇ, ਕਿਉਂਕਿ ਚੰਗੇ ਲੋਕ ਜਿਹੜੇ ਰੱਬ ਦਾ ਨਾਮ 'ਤੇ ਹੁੰਦੇ ਆ ਉਹ ਤਾਂ ਅੱਜ ਵੀ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਨੇ ਅਤੇ ਉਹਨਾਂ ਦੇ ਇਲਾਕੇ ਵੀ ਜਿਹੜੇ ਨੇ ਸੁਰੱਖਿਅਤ ਆ, ਕਿਉਂਕਿ ਦੁਨੀਆ ਦਾ ਜਿਹੜਾ ਹੁਣ ਅੰਤ ਹੈ ਬਹੁਤ ਨਜ਼ਦੀਕ ਹੈ। ਦੁਨੀਆ ਦੇ ਵਿੱਚ ਕਲਯੁੱਗ ਆ ਚੁੱਕਿਆ, ਇੱਥੇ ਕੋਈ ਕਿਸੇ ਦਾ ਨਹੀਂ ਰਹਿ ਚੁੱਕਿਆ, ਹਰ ਕੋਈ ਜਿਹੜਾ ਕਿਸੇ ਦਾ ਕਿਸੇ ਨਾਲ ਲੜਾਈ ਚੱਲਦੀ ਹੈ, ਛੋਟੀ ਜਿਹੀ ਗੱਲ 'ਤੇ ਕਿਸੇ ਨੂੰ ਮਾਰ ਦਿੱਤਾ ਜਾਂਦਾ, ਕੋਈ ਹੋਰ ਗੱਲ ਹੋ ਗਈ ਕਿਸੇ ਦਾ ਸਿਰ ਫਾੜ ਦਿੱਤਾ ਜਾਂਦਾ, ਬਹੁਤ ਸਾਰੇ ਜਿਹੜਾ ਗਲਤੀਆਂ ਨੇ ਲੋਕਾਂ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ, ਕਦੇ ਕਿਸੇ ਨਾਲ ਕੀ ਕਰ ਦਿੱਤਾ ਜਾਂਦਾ, ਕਦੇ ਕੀ ਕਰ ਦਿੱਤਾ ਜਾਂਦਾ, ਭਾਵ ਕਲਯੁੱਗ ਜਿਹੜਾ ਇੱਥੇ ਆ ਚੁੱਕਿਆ। ਕਦੇ ਅਸੀਂ ਦਰੱਖਤਾਂ ਦੇ ਨਾਲ ਛੇੜਛਾੜ ਕਰਦੇ ਹਾਂ, ਅਸੀਂ ਆਪਣੇ ਵਾਤਾਵਰਨ ਦੇ ਨਾਲ, ਆਪਣੀ ਕੁਦਰਤ ਦੇ ਨਾਲ ਛੇੜਛਾੜ ਕਰਦੇ ਹਾਂ, ਗਲਤ ਤਰੀਕੇ ਨਾਲ ਅਸੀਂ ਮੀਂਹ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ, ਕਦੇ ਗਲਤ ਤਰੀਕੇ ਨਾਲ ਅਸੀਂ ਮੀਂਹ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ, ਦਰੱਖਤ ਅਸੀਂ ਵੱਢਦੇ ਹਾਂਗੇ, ਦਰੱਖਤ ਲਗਾਉਂਦੇ ਅਸੀਂ ਨਹੀਂ, ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਨੇ ਅਸੀਂ ਕਰ ਜਾਂਦੇ ਹਾਂ। ਭਾਵ ਕੁਦਰਤ ਦੇ ਨਾਲ ਛੇੜਛਾੜ ਕਰਨਾ ਤਾਂ ਇੱਕ ਬਹੁਤ ਹੀ ਮੰਦੀ ਗੱਲ ਮੰਨੀ ਜਾਂਦੀ ਹੈ। ਤੁਸੀਂ ਜੇਕਰ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਸੰਗਤ ਜੀ ਜ਼ਰੂਰ ਲਿਖਿਓ, ਅਤੇ ਕੁਦਰਤ ਦੇ ਨਾਲ ਕੋਈ ਛੇੜਛਾੜ ਨਾ ਕਰੋ, ਕਿਉਂਕਿ ਕੁਦਰਤ ਦਾ ਇੱਕ ਦਸਤੂਰ ਹੈ, ਜੋ ਹੋਣਾ ਉਹ ਲਾਜ਼ਮੀ ਹੀ ਹੋਣਾ। ਤਾਂ ਤੁਸੀਂ ਕਿਸੇ ਵੀ ਚੀਜ਼ ਨਾਲ ਛੇੜਛਾੜ ਨਾ ਕਰੋ, ਜੋ ਕੁਦਰਤ ਨੇ ਬਣਾਇਆ ਉਸਨੂੰ ਉਸੇ ਤਰੀਕੇ ਦੇ ਨਾਲ ਹੀ ਰਹਿਣ ਦਿਓ, ਕੋਈ ਵੀ ਛੇੜਛਾੜ ਕੁਦਰਤ ਦੇ ਨਾਲ ਨਾ ਕਰੋ। ਅਤੇ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਦੱਸੀਆਂ, ਇਹਨਾਂ ਗੱਲਾਂ ਦੇ ਉੱਤੇ ਗੌਰ ਕਰਿਓ, ਅਤੇ ਦਸਮੇਸ਼ ਪਿਤਾ ਦੇ ਇਹਨਾਂ ਬਚਨਾਂ ਨੂੰ ਜ਼ਰੂਰ ਮੰਨਿਓ, ਕਿਉਂਕਿ ਤਬਾਹੀ ਦੇ ਦਿਨ ਚੱਲ ਰਹੇ ਇਸ ਵੇਲੇ। ਤੁਸੀਂ ਪਰਮਾਤਮਾ ਦਾ ਨਾਮ ਧਿਆ ਲਓ, ਸਿਮਰਨ ਕਰ ਲਵੋ ਅਤੇ ਅਰਦਾਸ ਕਰੋ, ਇਸ ਤੋਂ ਵੱਡੀ ਗੱਲ ਹੋਰ ਕੋਈ ਨਹੀਂ, ਕਿਉਂਕਿ ਜੋ ਹੋਣਾ ਉਸਨੇ ਤਾਂ ਹੋ ਹੀ ਜਾਣਾ। ਜੇਕਰ ਤੁਸੀਂ ਜਪ ਕਰਦੇ ਹੋ, ਬਾਣੀ ਪੜ੍ਹਦੇ ਹੋ, ਅਰਦਾਸ ਕਰਦੇ ਹੋ, ਕੀਰਤਨ ਸੁਣਦੇ ਹੋ, ਤਾਂ ਇਸ ਨਾਲ ਤੁਹਾਡੇ ਘਰ ਦੇ ਵਿੱਚ ਵੀ ਸੁੱਖ ਸ਼ਾਂਤੀ ਆਏਗੀ, ਅਤੇ ਨਾਲ ਦੀ ਨਾਲ ਜਿਹੜਾ ਖਤਰਾ ਆਏਗਾ ਦੁਨੀਆ ਭਰ ਦੇ ਸਿਰ ਦੇ ਉੱਤੇ ਮੰਡਰਾ ਰਿਹਾ, ਉਸ ਖਤਰੇ ਤੋਂ ਵੀ ਤੁਸੀਂ ਜਿਹੜਾ ਬਚ ਸਕੋਗੇ।